ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੈਂ ਪੰਜਵੀਂ ਕਲਾਸ ਦਾ ਵਿਦਿਆਰਥੀ ਹਾਂ। ਵੀਰੋ ਤੇ ਭਰਾਵੋ, ਤੁਹਾਨੂੰ ਪਤਾ ਹੀ ਹੈ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਦੀਪ ਜੋਸ਼ੀ ਹੈ ਤੇ ਮੈਂ ਛੇਵੀਂ ਜਮਾਤ ਵਿੱਚ ਪੜ੍ਹਦਾ ਹਾਂ। ਜੇ ਉਹ ਨਾ ਹੁੰਦੇ ਆਪਾਂ ਨੂੰ ਕਿਹਨਾਂ ਨੇ ਪੁੱਛਣਾ ਸੀ, ਜੇ ਉਹ ਨਾ ਹੁੰਦੇ ਆਪਾਂ ਨੂੰ ਕਿਹਨਾਂ ਨੇ ਸਾਂਭਣਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੀ ਇਹੀ ਬੇਨਤੀ ਹੈ ਵੀ ਤੁਸੀਂ ਇਹ ਫਾਲਤੂ ਦੇ ਕੰਮਾਂ ਦੀ ਜਗ੍ਹਾ ਜੇ 10 ਮਿੰਟ ਪਾਠ ਕਰ ਲਓ। ਬਹੁਤ ਵਧੀਆ ਹੈ। ਇਸ ਲਈ ਸਾਡੀ ਇਹੀ ਬੇਨਤੀ ਸੀ ਵੀ ਤੁਸੀਂ ਆ ਫਾਲਤੂ ਦੇ ਕੰਮਾਂ ਦੀ ਜਗ੍ਹਾ 10 ਮਿੰਟ ਜਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਓ। ਸਾਡਾ ਹੱਕ ਨਹੀਂ ਤੁਹਾਨੂੰ ਸਮਝਾਉਣ ਦਾ, ਸਾਡਾ ਹੱਕ ਹੀ ਵੱਡਿਆਂ ਨੂੰ ਸਮਝਾਉਣ ਦਾ, ਪਰ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਤੁਸੀਂ 10 ਮਿੰਟ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਓ ਜਾਂ ਪਾਠ ਕਰ ਲਓ। ਤੁਸੀਂ ਨਾਲ ਤੁਸੀਂ ਵਾਹਿਗੁਰੂ ਨਾਲ ਜੁੜੇ ਰਹੋਗੇ ਤੇ ਤੁਸੀਂ ਪਰਮਾਤਮਾ ਨਾਲ ਵੀ ਜੁੜੇ ਰਹੋਗੇ। ਬਸ ਆਹੀ ਬੇਨਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।